पर
ਹੁਣ ਅਸੀਂ ਬੱਚੇ ਕਿੱਦਾਂ ਰਹਿ ਸਕਦੇ ਹਾਂ ਜਦ ਅਸੀਂ ਉਹਦੇ ਹਜ਼ੂਰੀ ਦੇ ਅੰਦਰ ਰਹਾਂਗੇ ਹਾਲੇਲੂਇਆ ਉਹਦੇ ਭਾਉ ਚ ਚੱਲਾਂਗੇ ਹਾਲੇਲੂਇਆ ਅੱਜ ਕੀ ਆ ਕਹਿੰਦੇ ਆ ਇਨਸਾਨ ਜਦ ਜਿਉਂਦਾ ਹੁੰਦਾ ਉਦੋਂ ਜੱਫੀਆਂ ਪਾਉਂਦੇ ਜਦ ਮਰ ਜਾਂਦਾ ਫਿਕਰ ਆ ਜਦੋਂ ਵੇਖੀ ਕਹਿੰਦੇ ਸਾਡੇ ਮਨ ਨਾਲ ਸਾਡਾ ਗੱਲ ਕਬੂਲ ਹਾਲੇਲੂਇਆ ਦੱਸੋ ਜਿਹੜਾ ਘਰ ਤੁਸੀਂ ਮੁਰਗਾ ਪਾਉਂਦੇ ਆ ਕੱਟ ਕੇ ਕੀ ਗੱਲ ਉਹ ਤੁਹਾਡੇ ਚੁੰਝ ਨਾ ਮਰੂ ਆਣਗੇ ਹਾਲੇਲੂਇਆ ਜਿਹੜਾ ਬੱਕਰਾ ਖਾਂਦੇ ਆ ਕੀ ਗੱਲ ਉਹ ਤੁਹਾਨੂੰ ਆਣ ਕੇ ਤੰਗੀ ਨਹੀਂ ਦਊਗਾ ਉਹਦੇ ਚ ਆਤਮਾ ਨਹੀਂ ਹੈਗਾ ਹਾਲੇਲੂਇਆ ਕਾਰਨ ਕੀ ਆ ਸਾਡੀ ਸੋਚ ਤੇ ਬਹੁਤ ਕੁਛ ਡਿਪੈਂਡ ਕਰਦਾ ਹਾਲੇਲੂਇਆ ਅਸੀਂ ਅਲੱਗ ਅਲੱਗ ਤਰੀਕੇ ਦੇ ਨਾਲ ਕੀ ਆ ਆਪਣੇ ਮਾਇੰਡ ਦੇ ਅੰਦਰ ਗੱਲਾਂ ਨੂੰ ਬਣਾਉਂਦੇ ਨੇ ਤੇ ਆਪਣੇ ਹੀ ਤਰੀਕੇ ਦੇ ਨਾਲ ਘੋੜਾ ਬਣਾਉਂਦੇ ਆ ਤੇ ਕੀ ਹੋਏਗਾ ਕਿ ਇਹ ਘੋੜਾ ਵਿਚਾਰਾ ਰਾਹ ਚ ਖੜ ਜਾਂਦਾ ਕਹਿੰਦਾ ਹੁਣ ਥੱਕ ਗਿਆ ਮੈਂ ਦੌੜਨਾ ਹਾਲੇਲੂਇਆ ਇਸ ਲਈ ਅੱਜ ਕੀ ਆ ਸੱਬਤ ਦਾ ਦਿਨ ਪਰਮੇਸ਼ਰ ਦੇ ਸੱਬਤ ਦੇ ਦਿਨ ਦਾ ਮਤਲਬ ਸੱਤਵਾਂ ਦਿਨ ਪਰਮੇਸ਼ਰ ਨੇ ਛੇਆਂ ਦਿਨਾਂ ਚ ਇਸ ਸ੍ਰਿਸ਼ਟੀ ਨੂੰ ਬਣਾਇਆ ਤੇ ਸੱਤਵੇਂ ਦਿਨ ਕੀ ਕੀਤਾ ਆਰਾਮ ਆਪਾਂ ਪਿਛਲੇ ਦਿਨਾਂ ਚ ਮੈਸੇਜ ਪ੍ਰੀਚ ਕੀਤਾ ਸੀਗਾ ਕਿ ਕਹਿੰਦਾ ਤੇਰੇ ਬਾਲ ਬੱਚੇ ਹਾਲੇਲੂਇਆ ਤੇਰੇ ਬਾਲ ਬੱਚੇ ਵੀ ਤੇਰੀ ਰੱਬ ਦੀ ਹਜ਼ੂਰੀ ਤੋਂ ਦੂਰ ਨਹੀਂ ਰਹਿਣੇ ਚਾਹੀਦੇ ਵੀ ਕਿੱਥੇ ਹੋਣੇ ਚਾਹੀਦੇ ਰੱਬ ਦੀ ਹਜ਼ੂਰੀ ਵਿੱਚ ਆਉਣੇ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਦਾ ਜਨਮ ਦੇ ਬਾਰੇ ਮੈਂ ਗੱਲ ਕਰਦਾ ਸੀ ਬੋਲ ਰਿਹਾ ਸੀ ਉਤਪਤ ਸਾਰ ਦੇ ਵਿੱਚ ਲਿਖਿਆ ਆਦਮ ਨੂੰ ਰੱਬ ਨੇ ਕਿਹਦੇ ਜਿਹਾ ਬਣਾਇਆ ਬੋਲੋ ਕਿਹਦੇ ਵਰਗਾ ਬਣਾਇਆ ਹਾਲੇਲੂਇਆ ਅੱਜ ਕੀ ਕਹਿੰਦੇ ਸਲੂਨ ਚ ਜਾ ਕੇ ਆ ਮੇਰੇ ਸ਼ਾਹਰੁਖ ਖਾਨ ਵਰਗੇ ਵਾਲ ਕਰਦੀ ਹਾਲੇਲੂਇਆ ਰੱਬ ਕਹਿੰਦਾ ਮੈਂ ਤੈਨੂੰ ਆਪਣੇ ਵਰਗਾ ਬਣਾਇਆ ਸੀ ਸ਼ਾਹਰੁਖ ਖਾਨ ਵਰਗੇ ਬਣੀ ਜਾਂਦੇ ਹਾਲੇਲੂਇਆ ਰੱਬ ਕਹਿੰਦਾ ਮੈਂ ਤੈਨੂੰ ਆਪਣੇ ਵਰਗਾ ਬਣਾਇਆ ਕਿ ਨੇ ਸਲਮਾਨ ਵਰਗੀ ਲੋਕ ਹੋਣੀ ਚਾਹੀਦੀ ਹਾਲੇਲੂਇਆ ਅਸੀਂ ਗੱਲ ਕਰਦੇ ਕੀ ਕਹਿੰਦੇ ਆ ਉਹ ਰੌਕ ਵਰਗੀ ਸਾਡੀ ਬੋਡੀ ਹੋਣੀ ਚਾਹੀਦੀ ਕੀ ਸਾਡਾ ਪਰਮੇਸ਼ਵਰ ਵਰਗਾ ਸੁਭਾਅ ਨਹੀਂ ਹੋ ਸਕਦਾ ਜੇ ਸਾਨੂੰ ਸਾਹ ਦਿੱਤੇ ਜੇ ਸਾਨੂੰ ਆਪਣੀ ਲੁੱਕ ਦਿੱਤੀ ਆਪਣਾ ਰੂਪ ਆਪਣਾ ਆਕਾਰ ਦਿੱਤਾ ਹਾਲੇਲੂਇਆ ਕੀ ਉਹ ਰੱਬ ਨਾਰਮਲ ਹੋ ਹਾਲੇਲੂਇਆ ਅਸੀਂ ਸਲਮਾਨ ਖਾਨ ਦੀ ਲੁੱਕ ਭਾਲਦੇ ਹਾਂ ਕੀ ਕਹਿੰਦੇ ਬੱਚਿਆਂ ਨੂੰ ਬਾਈਬਲ ਦੇ ਅੰਦਰ ਅਸੀਂ ਕੀ ਕਹਿੰਦੇ ਨੌਮੇ ਰੂਥ ਦੇ ਬਾਰੇ ਨਹੀਂ ਪਤਾ ਹੋਣਾ ਮਰੀਅਮ ਦੇ ਬਾਰੇ ਨਹੀਂ ਪਤਾ ਹੋਣਾ ਹਾਲੇਲੂਇਆ ਦੂਜੇ ਬੱਚੇ ਨੂੰ ਪੁੱਛ ਲਓ ਉਹ ਕ੍ਰਿਸ਼ਮਾ ਕੋ ਹਾਂ ਹਾਂ ਮੈਨੂੰ ਪਤਾ ਉਹਦੇ ਬਾਰੇ ਆ ਨਵੀਂ ਆ ਗਈ ਕਟਰੀਨਾ ਕੈਫ ਇਹਦੇ ਬਾਰੇ ਵੀ ਪਤਾ ਹਾਲੇਲੂਇਆ ਕੀ ਕਾਰਨ ਹੈ ਅਸੀਂ ਬਾਈਬਲ ਨੂੰ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਕੀ ਕਹਿੰਦੇ ਆ ਆਪਣੀ ਸਿਰਦਾਰੀ ਖਤਮ ਕਰਨ ਦੀ ਬਜਾਏ ਕੀ ਕਹਿੰਦੇ ਆ ਠੀਕ ਮੂਹਰੇ ਬੈਠ ਕੇ ਉਹ ਵਿੱਚ ਉਹ ਦੇਖਦਾ ਉਹੀ ਬੋਲਦਾ ਹਾਲੇਲੂਇਆ ਅੱਜ ਫੈਕਟ ਕਿੱਦਾਂ ਸਾਡੀ ਜ਼ਿੰਦਗੀ ਆਉਂਦੇ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਕੀ ਕਹਿੰਦੇ ਮੁੜ ਕੇ ਆਗਿਆਕਾਰੀ ਨਹੀਂ ਕਰਦਾ ਜੇ ਉਹ ਕਾਰਟੂਨ ਦੇਖਦਾ ਤੇ ਉਹ ਕੌਮੀ ਕਾਰਟੂਨ ਵਾਲੇ ਕਰੀ ਜਾਂਦਾ ਹਾਲੇਲੂਇਆ ਆ ਸਾਡੇ ਐ ਜੀ ਉਹ ਡੋਰੀਮੋਨ ਉਹ ਰੋਟੀ ਨਾਲ ਵੀ ਡੋਰੀਮੋਨ ਚਾਹ ਨਾਲ ਵੀ ਡੋਰੀਮੋਨ ਕਹਿੰਦਾ ਯਾਰ ਤੇਰਾ ਤੇ ਜੰਗਾ ਡੋਰੀਮੋਨ ਨੇ ਪੰਗਾ ਪਾਇਆ ਕੇਵਲ ਹੀ ਕਟਵਾ ਹਾਲੇਲੂਇਆ ਉਹ ਹੁਣ ਬੜੇ ਸੋਹਣੇ ਸੀਗੇ ਨਹੀਂ ਤਾਂ ਉਹ ਸਾਰੇ ਚੈਨਲ ਬੰਦ ਕਰਕੇ ਡੋਰੀਮੋਨ ਲਾ ਲਓ ਹਾਲੇਲੂਇਆ ਕੀ ਆ ਅਸੀਂ ਇੱਕ ਚੀਜ਼ ਤੇ ਡਿਪੈਂਡ ਹੋ ਜਾਂਦੇ ਹਾਲੇਲੂਇਆ ਪਰਮੇਸ਼ਰ ਨੇ ਸਾਨੂੰ ਆਪਣੇ ਜਿਹਾ ਬਣਾਇਆ ਤੇ ਕੀ ਆ ਅਸੀਂ ਕੀ ਆ ਅੱਜ ਉਸੇ ਗੱਲ ਉੱਤੇ ਕੀ ਕਰਦੇ ਰੱਬ ਜਦ ਸਾਡੇ ਪਾਪ ਮਾਫ ਕਰਦਾ ਉਹ ਸਾਡਾ ਇਹਦੇ ਦਾ ਇਹ ਕਿੰਨਾ ਅਮੀਰ ਆ ਕਿੰਨਾ ਗਰੀਬ ਆ ਸਾਡੇ ਦਿਲ ਨੂੰ ਦੇਖਦਾ ਪਰ ਜਦ ਅਸੀਂ ਕਿਸੇ ਨੂੰ ਕਹਿੰਦੇ ਕਿਸੇ ਦੀ ਖਾਮੀ ਜਦ ਰੱਬ ਨਹੀਂ ਮਾਫ ਕਰਦਾ ਤੇ ਫਿਰ ਇਨਸਾਨ ਕੀ ਚੀਜ਼ ਆ ਹਾਲੇਲੂਇਆ ਕਲਾਮ ਚ ਲਿਖਿਆ ਇੱਕ ਆਦਮ ਤੇ ਹਵਾ ਦੇ ਦੁਆਰਾ ਪਾਪ ਕੀ ਆਇਆ ਜ਼ਮੀਨ ਤੇ ਆਇਆ ਹਾਲੇਲੂਇਆ ਕੀ ਹੋ ਗਿਆ ਉਹਨਾਂ ਤੋਂ ਫਲ ਖਾਧਾ ਗਿਆ ਤੇ ਪਾਪ ਹੋ ਗਿਆ ਹਾਲੇਲੂਇਆ ਤੇ ਬਾਅਦ ਚ ਕੀ ਹੋਇਆ ਖੁਦਾਵੰਦ ਨੇ ਸਰਫਾਨ ਕੀਤਾ ਆਪਣਾ ਇੱਕ ਲੌਤਾ ਪੁੱਤਰ ਜ਼ਮੀਨ ਤੇ ਭੇਜਿਆ ਉਹਦੇ ਭਵਿੱਖਬਾਣੀ ਹੋਣੀ ਸ਼ੁਰੂ ਹੋ ਗਈ ਉਸ ਦੀ ਕਿਤਾਬ ਚ ਵੀ ਆ ਵਿਵਸਥਾ ਵਿਵਰਣ ਚ ਵੀ ਆ ਉਪਦੇਸ਼ਕ ਵੀ ਲਿਖਦਾ ਇਸਾਇਆ ਵੀ ਲਿਖਦਾ ਮਲਾਕੀ ਦੀ ਬੁੱਕ ਚ ਵੀ ਆ ਹਾਲੇਲੂਇਆ ਕੀ ਆ ਅਲੱਗ ਅਲੱਗ ਜਿਹੜਾ ਖੁਦਾ ਦੇ ਸੇਵਕ ਖੁਦਾ ਦੇ ਦਾਸ ਕੀ ਆ ਆਉਣ ਵਾਲੇ ਸਮੇਂ ਦੇ ਬਾਰੇ ਦੱਸਦੇ ਹਾਲੇਲੂਇਆ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਦੀਆਂ ਆ ਤਿਆਰੀਆਂ ਚੱਲਦੀਆਂ ਹਾਲੇਲੂਇਆ ਤੁਸੀਂ ਸ਼ਹਿਰਾਂ ਚ ਦੇਖੋਗੇ ਜਿਹੜੇ ਲੁਧਿਆਣੇ ਤੋਂ ਲੋਕ ਆ ਉੱਥੇ ਲੋਕ ਬੜੇ ਸਜਾਵਟ ਦਾ ਤੁਹਾਨੂੰ ਸਮਾਨ ਆਮ ਸਟਾਲ ਲੱਗੇ ਮਿਲ ਜਾਣਗੇ ਸ਼ੋਪਾਂ ਤੇ ਮਿਲ ਜਾਏਗਾ ਹੋਰ ਥੋੜੇ ਦਿਨ ਹੋਰ ਰਸ਼ ਵੱਧ ਜਾਏਗਾ
ਬਾਰਵੀਆਂ ਪੂਰੀ ਦੁਨੀਆ ਦੇ ਵਿੱਚ ਕੀ ਆ 25 ਦਸੰਬਰ ਨੂੰ ਬੜੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਕਿ ਮਤਲਬ ਇਸ ਦਿਨ ਦੇ ਵਿੱਚ ਕੀ ਆ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਉਹਦੇ ਜਨਮ ਹੋਣ ਦਾ ਮਤਲਬ ਕੀ ਅੱਜ ਤੋਂ 2018 ਸਾਲ ਪਹਿਲਾਂ ਕੀ ਆ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਤੇ ਆਇਆ ਉਹਨਾਂ ਦੇ ਆਉਣ ਦਾ ਮਕਸਦ ਕੀ ਸੀ ਹਾਲੇਲੂਯਾ ਇੱਕ ਪਾਸੇ ਤਾਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਚਰਚ ਦੇ ਵਿੱਚ ਭੈਣ ਭਰਾਵਾਂ ਨੂੰ ਲੈ ਕੇ ਆਉਂਦੇ ਆਓ ਰੱਬ ਪਾਪ ਮਾਫ ਕਰ ਦੇ ਕੀ ਕਹਿੰਦੇ ਆ ਸਾਨੂੰ ਵੀ ਕੁਛ ਸਮਝ ਲੈਣਾ ਚਾਹੀਦਾ ਹਾਲੇਲੂਯਾ ਰੱਬ ਤਾਂ ਮਾਫ ਕਰਦਾ ਪਰ ਇਨਸਾਨ ਮਾਫ ਜੇ ਗਰਮਿਆਂ ਦੇ ਨਾਲ ਠੰਡਾ ਵੀ ਆ ਜੇ ਠੰਡਾ ਤੇ ਹਾਲੇਲੂਯਾ ਜੇ ਰੱਬ ਟਾਣਦਾ ਤੇ ਸਾਨੂੰ ਪਿਆਰ ਵੀ ਹਾਲੇਲੂਯਾ ਨਵੇਂ ਸਾਲ ਜੀ ਕਿੱਦਾਂ ਜਾਣਾ ਚਾਹੁੰਦੇ ਨਹਾ ਕੇ ਜਾਣਾ ਚਾਹੁੰਦੇ ਕਿ ਬਿਨਾਂ ਨਹਾਤੇ ਹਾਲੇਲੂਯਾ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਆ ਪਰਮੇਸ਼ਰ ਸਾਨੂੰ ਛਾਂਟ ਰਿਹਾ ਕਿਉਂ ਉਹ ਕਹਿੰਦਾ ਨਵੇਂ ਸਾਲ ਵਿੱਚ ਤੇਰੇ ਨਾਲ ਪਾਪ ਐਂਟਰ ਨਾ ਕਰ ਜਾਵੇ ਬਿਮਾਰੀ ਐਂਟਰ ਨਵੇਂ ਸਾਲ ਦੇ ਵਿੱਚ ਕੀ ਆ ਤੂੰ ਨਵਾਂ ਹੋਣੇ ਹਾਲੇਲੂਯਾ ਕਹੀ ਆ ਕਿ ਅਸੀਂ ਚੀਜ਼ ਨੂੰ ਸੁਣਦੇ ਨਹੀਂ ਰੱਬ ਦੀ ਇੱਛਾ ਨੂੰ ਹੁਣ ਮੰਨ ਲਓ ਆ ਬੱਚੀਆਂ ਆ ਛੋਟੀਆਂ ਛੋਟੀਆਂ ਇਹਨਾਂ ਨੂੰ ਪਤਾ ਕਿ ਸਾਡਾ ਵਿਆਹ ਹੋ ਗਿਆ ਸਾਡੇ ਬੱਚੇ ਹੁੰਦੇ ਇਹਨਾਂ ਨੂੰ ਪਤਾ ਹੈ ਕਦੀ ਪਤਾ ਕਹਿੰਦੇ ਜਦ ਹੋਏਗਾ ਦੇਖਿਆ ਜਾਏਗਾ ਹਾਲੇਲੂਯਾ ਹੁਣ ਕਾਹਦੀ ਫਿਕਰ ਆ ਹੁਣ ਆਪਣੀ ਖੇਡੋ ਮਸਤੀ ਕਰੋ ਏਦਾਂ ਹੀ ਸਾਨੂੰ ਵੀ ਪਤਾ ਨਹੀਂ ਸਾਨੂੰ ਸਮਝ ਨਹੀਂ ਲੱਗਦੀ ਸਾਡੇ ਦਾ ਕੀ ਹੋ ਰਿਹਾ ਪਰ ਅਸੀਂ ਜਿਸ ਚੀਜ਼ ਲਈ ਮਿਹਨਤ ਕਰਦੇ ਉਹਦੇ ਬਾਰੇ ਸਾਨੂੰ ਪਤਾ ਹੀ ਅਸੀਂ ਉਹਨਾਂ ਚੀਜ਼ਾਂ ਲਈ ਮਿਹਨਤ ਕਰਦੇ ਆਪਣੇ ਆਪ ਨੂੰ ਸਹੀ ਕਰਨ ਦੇ ਲਈ ਆਪਾਂ ਇੱਕ ਮਕਾਨ ਬਣਾਉਂਦੇ ਹਾਂ ਅਗਰ ਉਹਦੀ ਕੰਧ ਸਹੀ ਨਾ ਹੋਵੇ DPC ਸਹੀ ਨਾ ਹੋਵੇ ਕੀ ਕਹਿੰਦੇ ਆ ਮਿਸਤਰੀ ਢਾ ਦਿਓ ਜੀ ਇਹ ਸਹੀ ਨਹੀਂ ਕੰਨ ਨੂੰ ਪ੍ਰੋਬਲਮ ਦੇਵੇ ਇਸ ਕੋਨੇ ਚ ਕੀ ਚਾਹੀਦਾ ਇੱਦਾਂ ਚਾਹੀਦਾ ਉਹ ਕੋਨੇ ਚ ਇੱਦਾਂ ਚਾਹੀਦਾ ਆਹ ਡਰਾਇੰਗ ਰੂਮ ਇੱਦਾਂ ਚਾਹੀਦਾ ਇੱਦਾਂ ਚਾਹੀਦਾ ਅਸੀਂ ਅਲੱਗ ਅਲੱਗ ਕੀ ਆ ਸਾਰਾ ਕੰਮ ਠੀਕ ਠਾਕ ਕਰੋ ਜੇ ਅਗਰ ਸਾਡਾ ਹੀ ਜੀਵਨ ਸਹੀ ਨਾ ਹੋਇਆ ਤੇ ਨਵਾਂ ਸਾਲ ਵੀ ਚੜ੍ਹਨ ਵਾਲਾ ਇੱਕ ਬੀਤ ਗਿਆ ਦੂਸਰਾ ਚੜ੍ਹਨ ਵਾਲਾ ਵੀ ਸਾਨੂੰ ਕੀ ਫਾਇਦਾ ਉਹ ਢੋਲ ਨਗਾਰੇ ਵਜਾ ਕੇ ਵਧੀਆ ਕੱਪੜੇ ਪਾ ਕੇ ਹੈਪੀ ਭੰਗੜੇ ਪਾ ਕੇ ਪਾਉਣ ਦਾ ਕੀ ਫਾਇਦਾ ਉੱਚੀ ਉੱਚੀ ਨਾਲੇ ਮਾਰਨ ਦਾ ਕੀ ਫਾਇਦਾ ਜੇ ਸਾਡੇ ਨਾਲ ਪਾਪ ਹੀ ਨਵੇਂ ਸਾਲ ਵਿੱਚ ਦਾਖਲ ਹੋ ਗਏ ਹਾਲੇਲੂਯਾ ਉਹ ਪਹਿਲਾਂ ਵਾਲੇ ਕੰਮ ਹੀ ਸਾਡੇ ਫੇਰ ਹੈ ਹਾਲੇਲੂਯਾ ਇਸ ਲਈ ਰੱਬ ਕੀ ਆ ਛਾਂਟੀ ਕਰਦਾ ਹਾਲੇਲੂਯਾ ਆਹ ਹੁਣ ਸਿਆਲ ਦੀ ਰੁੱਤ ਆ ਗਈ ਆ ਤੇ ਲੋਕੀ ਕਰਦੇ ਦਰਖਤਾਂ ਕੀ ਕਰਦੇ ਆ ਛਾਂਗਦੇ ਆ ਹਾਲੇਲੂਯਾ ਛਾਂਟੀ ਕਰਦੇ ਆ ਪਾਰਕਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਉਹ ਘਾਹ ਜਿਹੜਾ ਉੱਪਰੋਂ ਵੱਢਦੇ ਆ ਜਿਹੜੇ ਦਰਖਤ ਆ ਉਹਨਾਂ ਨੂੰ ਕੀ ਕਰ ਦਿੰਦੇ ਆ ਛਾਂਟੀ ਕਰ ਦਿੰਦੇ ਆ ਤਾਂ ਕਿ ਧੁੱਪ ਵਧੀਆ ਤਰੀਕੇ ਨਾਲ ਲੱਗੇ ਉਹ ਮੇਰੇ ਆਪਣਾ ਕੀ ਕਹਿੰਦੇ ਧੁੱਪ ਦੇ ਲਈ ਆ ਪਰ ਨਹੀਂ ਉਹ ਇਸ ਲਈ ਆ ਕਿ ਦਰਖਤ ਜਿਹੜਾ ਹੋਰ ਫਲਵੰਤ ਹੋ ਹਾਲੇਲੂਯਾ ਪਰਮੇਸ਼ਰ ਸਾਨੂੰ ਡਾਂਟਦਾ ਤੰਗੀ ਸਾਡੇ ਤੇ ਆਉਂਦੀ ਆ ਤੋ ਸਾਨੂੰ ਫਲਵੰਤ ਕਰਨ ਦੇ ਲਈ ਆਉਂਦੀ ਆ ਹਾਲੇਲੂਯਾ ਉਹ ਭੈਣ ਸੁਣਾਉਣ ਲੱਗ ਪਈ ਗੱਲ ਕਹਿੰਦੇ ਕਿ ਪਾਦਰੀ ਸਾਹਿਬ ਨੂੰ ਬੱਚੇ ਨੇ ਮੇਰੇ ਤੇ ਸੁਣਾ ਦਿੱਤਾ ਉਹ ਕਹਿੰਦਾ ਮੈਂ ਤੁਹਾਡੇ ਲਈ ਲੈ ਕੇ ਆ ਮੈਂ ਕਿਹੜਾ ਕੰਧਾਂ ਨੂੰ ਸੁਣਾ ਹਾਲੇਲੂਯਾ ਇਹ ਬਾਈਬਲ ਸਭ ਤੋਂ ਪਹਿਲਾਂ ਪਾਦਰੀ ਸਾਹਿਬ ਵੱਲ ਖੁੱਲਦੀ ਆ ਕਲਾਸ ਪਾਦਰੀ ਸਾਹਿਬ ਦੀ ਲੱਗਦੀ ਆ ਹਾਲੇਲੂਯਾ ਰਾਤ ਨੂੰ ਪਹਿਲਾਂ ਪਾਦਰੀ ਸਾਹਿਬ ਨੂੰ ਖੁਦਾ ਝਿੜਕਦਾ ਓਏ ਤੁਸੀਂ ਬਗਿਆ ਇਦਾਂ ਕਰ ਇਦਾਂ ਕਰ ਕਲਾਮ ਨੂੰ ਅਗਰ ਤੁਸੀਂ ਲੈ ਜਾਏ ਨਾ ਮੈਂ ਕਹਿੰਦਾ ਕਿਆ ਬਾਤ ਹੈ ਹਾਲੇਲੂਯਾ ਜਿਹੜੇ ਕਲਾਮ ਦੇ ਨਾਲ ਜੀਂਦੇ ਹਾਲੇਲੂਯਾ ਉਹਨਾਂ ਨੂੰ ਸੁੱਧ ਬੋਧੇ ਦੀ ਰਹਿੰਦੀ ਦੁਨੀਆਂ ਨੂੰ ਉਹਨਾਂ ਦੀ ਦੁਨੀਆਂ ਛੱਡੋ ਦੁਨੀਆਂ ਜੋ ਕਰਨੀ ਕਰਨ ਦੇ ਉਹਨਾਂ ਨੂੰ ਮਰਨ ਦੇ ਉਹਨਾਂ ਨੇ ਮਰਨਾ ਮੈਂ ਨਹੀਂ ਮਰ ਹਾਲੇਲੂਯਾ ਪਰ ਅੱਜ ਕੀ ਹੈ ਦੁਨੀਆਂ ਦੇ ਵਿੱਚ ਕੀ ਕਹਿੰਦੇ ਭੇਡ ਚਾਲ ਇੱਕ ਦੂਜੀ ਡਿੱਗੀ ਦੂਜਾ ਮਿਲ ਗਿਆ ਹਾਲੇਲੂਯਾ ਕੀ ਕਹਿੰਦੇ ਆ ਉਹ ਪਿਛਲੇ ਅੱਖਾਂ ਦਾ ਚੱਲਿਆ ਸੀ ਬਹੁਤ ਵਧੀਆ ਕੀ ਕਹਿੰਦੇ ਉਹ ਅੱਖਾਂ ਬਹਿਨ ਦਾ ਵੀ ਲਹਾਉਂਦਾ ਜੇ ਵੀ ਲਹਾਉਂਦਾ ਉਹ ਜਦ ਦੋ ਕਦੀਆਂ ਖਰਾਬ ਹੋਈਆਂ ਤੇ ਲੋਕ ਜਾਮੂ ਹਟ ਗਏ ਦਿਨਾਂ ਦੀਆਂ ਨਹੀਂ ਵੀ ਸੀ ਮੇਰੇ ਹੱਥ ਗਈਆਂ ਉਹ ਵੀ ਦਿਖਾਉਣ ਚਲੀ ਗਿਆ ਸ਼ਾਇਦ ਗਾਂ ਜਾ ਕੇ ਤੰਗੀ ਨਾ ਹੋਵੇ ਪਰ ਨਹੀਂ ਕੀ ਆ ਅਗਰ ਅਸੀਂ ਬਾਜ਼ਾਰ ਚੋਂ ਪ੍ਰੋਡਕਟ ਲੈਂਦੇ ਹਾਂ
ਪਹਿਲਾਂ ਉਹਨੂੰ ਦੇਖੋ, ਉਹਨੂੰ ਜਾਂਚੋ ਕਿ ਇਹ ਤੁਹਾਡੀ ਬਾਡੀ ਲਈ ਸਹੀ ਰਹੇਗਾ। ਅੱਜ ਕਈਆਂ ਨੇ ਸੀ ਬਿਨਾਂ ਜਾਂਚੇ ਬਿਨਾਂ ਪਰਖੇ ਖਾ ਜਾਣੇ, ਕੀ ਹੋਏਗਾ? ਉਹ ਡਾਇਜੈਸਟ ਸਿਸਟਮ ਸਾਡਾ ਕੀ ਆ, ਖਰਾਬ ਹੋ ਜਾਂਦਾ। ਇਸ ਲਈ ਜਾਂਚ ਲਓ। ਨਵੇਂ ਸਾਲ ਚ ਖੁਦਾ ਤੁਹਾਨੂੰ ਨਵੇਂ ਤਰੀਕੇ ਦੇ, ਨਵੀਂ ਬਰਕਤ, ਨਵੀਂ ਆਸ਼ੀਸ਼, ਨਵੀਂ ਲਾਈਫ ਦੇ ਨਾਲ ਲੈ ਕੇ ਜਾ ਰਿਹਾ। ਹਾਲੇਲੂਇਆ। ਪ੍ਰਭੂ ਯਿਸੂ ਜੀ ਦਾ ਜਨਮ ਦਿਨ ਖਾਲੀ ਚਰਚਾਂ ਦੇ ਵਿੱਚ ਕੇਕ ਕੱਟ ਕੇ, ਖਾਣਾ ਖਾ ਕੇ, ਤਾੜੀਆਂ ਵਜਾ ਕੇ ਮਨਾਉਣਾ ਇਹੋ ਜਨਮ ਦਿਨ ਜਰਮਨੀ ਦੇ ਵਿੱਚ ਅੱਜ ਤੋਂ 2018 ਤੱਕ ਯਿਸੂ ਕਿੱਥੇ ਹੋਣਾ ਚਾਹੀਦਾ? ਇੱਥੇ ਹੀ ਹੋਣਾ। ਯਿਸੂ ਦਾ ਮਤਲਬ ਆ ਪਰਮੇਸ਼ਵਰ ਸਾਡੇ ਸੰਗ। ਹਾਲੇਲੂਇਆ। ਅਗਰ ਅਸੀਂ ਕੀ ਕਰੀਏ, ਕਈ ਲੋਕ ਕਹਿੰਦੇ ਵੀ ਯਿਸੂ ਜੀ, ਕਈ ਲੋਕ ਨਫ਼ਰਤ ਕਰਦੇ ਨਾਮ ਤੋਂ। ਮੈਂ ਕਹਿੰਦਾ ਉਦੇ ਹੀ ਯਿਸੂ ਯਿਸੂ ਬੀ ਜਾਇਆ ਕਰੋ, ਉਹਦੇ ਨਾਲ ਹੀ ਤੁਹਾਡਾ, ਉਹਦੇ ਸ਼ਬਦ ਦਾ ਯਿਸੂ ਸ਼ਬਦ ਦਾ ਹੀ ਮਤਲਬ ਹੈ ਕਿ ਪਰਮੇਸ਼ਰ ਸਾਡੇ ਸੰਗ ਹੈ। ਹਾਲੇਲੂਇਆ। ਬਾਈਬਲ ਚ ਇੰਨਾ ਬਿਆਨ ਕੀਤਾ ਗਿਆ, ਇੱਕ ਜਗ੍ਹਾ ਨੀ ਦੋ ਤਿੰਨ ਜਗ੍ਹਾ ਬਿਆਨ ਕੀਤਾ। ਮਰੀਅਮ, ਹਾਲੇਲੂਇਆ, ਮਤੀ ਦੀ ਅੰਜੀਲ ਚ ਲਿਖਿਆ ਕਿ ਉਹ ਜਿਹੜੀ ਯਸ਼ਾਯਾ ਨਬੀ ਨੇ ਸ਼ਬਦ ਬੋਲਿਆ ਸੀਗਾ ਕਿ ਕੁਆਰੀ ਗਰਭਵਤੀ ਹੋ। ਹਾਲੇਲੂਇਆ। ਮਰੀਅਮ ਸੋਚਦੀ ਆ, ਵਿਚਾਰਦੀ ਆ, ਇੱਕ ਨੌਜਵਾਨ ਲੜਕੀ ਆ। ਹਾਲੇਲੂਇਆ। ਨੌਜਵਾਨ ਲੜਕੀ ਆ, ਤੁਹਾਡੇ ਕੋਲ ਫਰਿਸ਼ਤਾ ਨਹੀਂ ਕੀਤਾ, ਤੂੰ ਔਰਤਾਂ ਵਿੱਚੋਂ ਧਾਨਿਆ, ਰੱਬ ਨੇ ਤੇਰੇ ਤੇ ਕਿਰਪਾ ਕੀਤੀ, ਤੂੰ ਇੱਕ ਪੁੱਤਰ ਜਣੀ। ਇੱਕ ਕੁਆਰੀ ਲੇਟ ਕੁੜੀ ਨੂੰ ਜਾ ਕੇ ਕੋਈ ਉਹਦੇ ਕੋਲ ਫਰਿਸ਼ਤਾ ਜਾ ਕੇ, ਉਹ ਕਿੰਨਾ ਹੈਰਾਨ ਹੋਏਗੀ, ਕਿੰਨਾ ਪਰੇਸ਼ਾਨ ਹੋਏਗੀ। ਹਾਲੇਲੂਇਆ। ਉਹ ਕਹਿੰਦੀ ਇਹ ਕਿਹੋ ਜਿਹਾ ਬਚਨ, ਇਹ ਕਿਹੋ ਜਿਹੀ ਗੱਲਬਾਤ। ਕਹਿੰਦਾ ਤੂੰ ਚੁਣੀ ਗਈ ਆ, ਰੱਬ ਨੇ ਤੈਨੂੰ ਤੈਨੂੰ ਆਪਣੇ ਪੁੱਤਰ ਲਈ ਚੁਣ ਲਿਆ। ਹਾਲੇਲੂਇਆ। ਜਦ ਉਹਨੇ ਜਾਣਿਆ ਤੇ ਕੀ ਕੀਤਾ, ਬਚਨ ਨੂੰ ਰਿਸੀਵ ਕੀਤਾ। ਕਹਿੰਦੀ ਠੀਕ ਆ, ਜਿੱਦਾਂ ਤੂੰ ਬੋਲ ਰਿਹਾ ਉਦਾਂ ਤੇਰੇ ਵਚਨ ਦੇ ਅਨੁਸਾਰ ਹੋ। ਹਾਲੇਲੂਇਆ। ਕਿਉਂਕਿ ਇੱਕ ਭਜਨ ਵੀ ਗਾਉਂਦੇ ਆ, ਮਰੀਅਮ ਦੇਖ ਫਰਿਸ਼ਤਾ ਡਰ ਗਈ, ਇਹ ਕੀ ਖਬਰ ਲਿਆਇਆ ਲੋਕੋ, ਚੜਿਆ ਲੋਕੋ ਯਿਸੂ ਸੱਚ ਦਾ ਚੰਦਰਮਾ। ਹਾਲੇਲੂਇਆ। ਕੀ ਆ, ਇੱਕ ਕੁਆਰੀ ਲੜਕੀ ਨੂੰ ਜਦ ਕੋਈ ਏਦਾਂ ਦੀ ਖਬਰ ਦਿੰਦਾ ਤੇ ਕੀ ਆ, ਉਹਦੇ ਭਾਲੀਆਂ ਬਣ ਜਾਂਦੀਆਂ, ਸਮਾਜ ਵਿੱਚ ਰਹਿਣਾ ਔਖਾ ਹੋ ਜਾਂਦਾ, ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਉਂਦੇ ਆ। ਤੇ ਉਹ ਜ਼ਮਾਨਾ ਤੇ ਆ ਜ਼ਮਾਨਾ ਬੜਾ ਫਰਕ ਆ। ਉਦੋਂ ਤਾਂ ਔਰਤ ਨੂੰ ਕੀ ਆ, ਸਮਾਜ ਵਿੱਚ ਚੌਂਕ ਵਿੱਚ ਜਾਣ ਦੀ, ਮਰਦਾਂ ਦੇ ਵਿੱਚ ਜਾਣ ਦੀ ਵੀ ਇਜਾਜ਼ਤ ਨਹੀਂ ਸੀ। ਹਾਲੇਲੂਇਆ। ਜਿੱਥੇ ਜਾਂਦੇ ਸੀ ਬਾਹਰ ਕੋਈ ਗੱਲਬਾਤ ਹੁੰਦੀ ਸੀ ਤਾਂ ਮਰਦੇ ਨਿਕਲਦੇ ਸੀ, ਔਰਤਾਂ ਦੀ ਨਿਕਲਦੀ। ਵੱਡੇ ਵੱਡੇ ਘੁੰਡ ਸੀ, ਵੱਡੇ ਵੱਡੇ ਪਹਿਰਾਵੇ ਸੀਗੇ ਕਿ ਮਤਲਬ ਔਰਤ ਨੂੰ, ਔਰਤ ਦਾ ਇੱਕ ਅੰਗ ਵੀ ਨਹੀਂ ਸੀ ਦੇਖ ਸਕਦਾ, ਘਰ ਤੋਂ ਬਾਹਰ ਤਾਂ ਦੂਰ ਦੀ ਗੱਲ ਹੈ। ਹਾਲੇਲੂਇਆ। ਉਹਨਾਂ ਟਾਈਮਾਂ ਦੇ ਵਿੱਚ ਮਰੀਅਮ ਨੂੰ ਕਿਹਨਾਂ ਚੀਜ਼ਾਂ ਦਾ ਸਾਹਮਣਾ, ਪਰ ਕੀ ਕੀਤਾ, ਉਹਨ ਸੰਸਾਰ ਨਹੀਂ ਦੇਖਿਆ, ਪਰਮੇਸ਼ਰ ਦੇ ਵਚਨ ਨੂੰ, ਕਹਿੰਦੀ ਤੇਰੇ ਵਚਨ ਦੇ ਅਨੁਸਾਰ ਮੇਰੇ ਨਾਲ ਹੋ। ਹਾਲੇਲੂਇਆ। ਔਰ ਯੋਂ ਉਸਨੇ ਵਚਨ ਨੂੰ ਰਿਸੀਵ ਕੀਤਾ, ਤੇ ਜਿਹੜਾ ਉਹਦੇ ਵਿੱਚੋਂ ਪੈਦਾ ਹੋਇਆ, ਲੋਕਾਂ ਨੇ ਬੜੇ ਅਪਸ਼ਬਦ ਬੋਲੇ ਹੁੰਦੇ, ਇਹ ਕਿਉਂ ਆ, ਉਦਾਂ ਆ, ਏਦਾਂ ਆ। 30 ਸਾਲ ਪ੍ਰਭੂ ਯਿਸੂ ਜੀ ਨੇ ਉਹਨਾਂ ਚੀਜ਼ਾਂ ਨੂੰ ਸੁਣਿਆ, ਪਰ 30 ਸਾਲ ਕੀ ਹੁੰਦਾ, ਅਦਭੁਤ ਹੀ ਹੁੰਦਾ। ਜਿਹੜਾ ਉਹਦੀ ਕੁੱਖ ਤੋਂ ਪੈਦਾ ਹੋਇਆ, ਉਹਨੂੰ ਕਲਵਰੀ ਕਰੂਸ ਉੱਤੇ ਸਾਬਤ ਕਰਕੇ ਦਿਖਾਇਆ ਕਿ ਮੈਂ ਕੀ। ਹਾਲੇਲੂਇਆ। ਅੱਜ ਲੋਕ ਕਹਿੰਦੇ ਆ, ਭਵਿੱਖਬਾਣੀ ਕਰਦੇ ਜੀ ਖੁਦਾ ਦੇ ਸੇਵਕ। ਮੈਂ ਦੱਸਣਾ ਚਾਹੁੰਦਾ, ਭਵਿੱਖਬਾਣੀ ਕਿਸੇ ਦੇ ਬੋਲਣਾ, ਕਿਸੇ ਲਈ ਕਹਿਣਾ ਸੌਖਾ ਕਿਆ? ਹਾਲੇਲੂਇਆ। ਬੜਾ ਔਖਾ। ਪ੍ਰਭੂ ਯਿਸੂ ਜੀ ਨੂੰ ਵੀ ਕਹਿੰਦੇ ਆ, ਤੂੰ ਸਬਤ ਦੇ ਦਿਨ ਲੋਕਾਂ ਨੂੰ ਚੰਗਾ ਕਰ। ਉਹ ਕਹਿੰਦਾ ਕਿਹੜਾ ਕਿੰਨੀ ਗੱਲ ਕਹਿਣੀ ਸੁਖਾਲੀ ਆ ਕਿ ਮੰਜੀ ਚੁੱਕ ਦੇ ਘਰ ਨੂੰ ਜਾ। ਹਾਲੇਲੂਇਆ। ਇਸ ਲਈ ਜਦ ਅਸੀਂ ਬੱਚੇ ਨੂੰ ਰਿਸੀਵ ਕਰ, ਬੋਲ ਕੇ ਰਿਸੀਵ ਕਰੋ, ਰਿਸੀਵ ਕਰੋ, ਸੱਚਮੁੱਚ ਉਹ ਤੁਹਾਡੇ ਲਈ ਹੋ ਜਾਵੇ। ਹਾਲੇਲੂਇਆ। ਅੱਜ ਆਪਾਂ ਨਵੇਂ ਕੱਪੜੇ ਲੈਂਦੇ ਹਾਂ ਤੇ ਕਿੱਦਾਂ ਪਹਿਲਾਂ ਕੀ ਕਹਿੰਦੇ ਆ, ਨਹਾ ਲਓ ਵੀ ਚਾਹੇ ਠੰਡ ਵੀ ਹੋਵੇ, ਕੀ ਕਹਿੰਦੇ ਪਾਣੀ ਗਰਮ ਕਰਕੇ ਨਹਾ ਲਓ। ਹਾਲੇਲੂਇਆ। ਆਪਾਂ ਗੰਦੇ ਮੰਦੇ ਤਾਂ ਨਹੀਂ ਪਾਉਂਦੇ ਨਵੇਂ ਕੱਪੜੇ, ਪਰਮੇਸ਼ਰ ਸਾਨੂੰ ਨਵਾਂ ਕਰਨਾ ਚਾਹੀਦਾ। ਕਿੱਦਾਂ ਸਾਨੂੰ ਬਿਮਾਰੀਆਂ ਤੋਂ, ਪਰੇਸ਼ਾਨੀਆਂ ਤੋਂ, ਬੋਲ ਤੋਂ, ਅਲੱਗ ਅਲੱਗ ਚੀਜ਼ਾਂ ਤੋਂ ਸਾਨੂੰ ਬਾਹਰ ਕੱਢ ਕੇ ਕਰਨਾ ਚਾਹੀਦਾ, ਸਾਨੂੰ ਨਵੇਂ ਕਰਨਾ ਚਾਹੀਦਾ। ਹਾਲੇਲੂਇਆ। ਹੋ ਸਕਦਾ ਕਿ ਅਸੀਂ ਆਪਣੇ ਘਰਾਂ ਤੋਂ ਪਰੇਸ਼ਾਨ ਨਿਕਲੇ ਹੋਈਏ, ਪਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਣ ਕੇ ਪਰੇਸ਼ਾਨੀਆਂ ਦੂਰ ਹੋ। ਹਾਲੇਲੂਇਆ। ਮੈਂ ਕੱਲ ਇੱਕ ਬ੍ਰਦਰ ਦਾ ਗੀਤ ਸੁਣਦਾ ਸੀਗਾ,
ਕਹਿੰਦਾ ਮੌਤ ਤੁਸੀਂ ਨਹੀਂ ਡਰਦੇ ਜੋ ਯਿਸੂ ਕੇ ਜੀਵਨ ਨੇ। ਕਹਿੰਦਾ ਉਹਨਾਂ ਨੂੰ ਨਾ ਉਲਟੇ ਸੂਈ ਚੜ੍ਹਦੇ ਦੇਖੇ, ਜਿਹੜੇ ਰੱਬ ਦੇ ਨਾਲ ਪਿਆਰ ਕਰਦੇ ਆ ਉਹ ਉਲਟੇ ਉਹਨਾਂ ਨੂੰ ਸੂਈ ਚੜ੍ਹਾਇਆ ਗਿਆ, ਉਹਨਾਂ ਨੂੰ ਮਾਰਿਆ ਗਿਆ। ਪਰ ਕਹਿੰਦਾ ਕੀ ਆ, ਉਹ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ। ਕਾਹਦੀ ਪਰਵਾਹ ਕਰਦੇ ਆ ਕਿ ਇੱਕ ਇੱਕ ਜਾਨ ਪਰਮੇਸ਼ੁਰ ਦੇ ਲਈ ਬਚ ਜਾਣੀ। ਅੱਜ ਅਸੀਂ ਆਪਣੇ ਪੈਸੇ ਨੂੰ ਸੇਫ ਕਰਦੇ ਕੀ ਕਰਦੇ, ਬੈਂਕ ਚ ਜਮ੍ਹਾਂ ਕਰਦੇ ਹਾਂ, ਲੋਕਰ ਚ ਤਾਲਾ ਲਾ ਕੇ ਰੱਖਦੇ ਹਾਂ, ਕਿਉਂ ਇਹਦੀ ਵੀ ਪਰਵਾਹ ਨਹੀਂ ਕਰਦੇ, ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਕੀ ਕਹਿੰਦੇ ਹਾਂ, ਇੱਕ ਇੱਕ ਰੂਹ ਬਚਣੀ ਚਾਹੀਦੀ, ਇਹਦਾ ਵਪਾਰ ਕਰਦੇ ਹਾਂ। ਹਾਲੇਲੂਇਆ। ਆਈਏ ਥੋੜਾ ਕਲਾਮ ਦੇ ਵਿੱਚੋਂ ਦੇਖ ਰਹੇ ਹਾਂ। ਹਾਲੇਲੂਇਆ। ਅੱਜ ਖੁਸ਼ੀ ਦੀ ਖਬਰ ਆ, ਤਬਦੀਲ ਹੋਣਾ। ਹਾਲੇਲੂਇਆ। ਕਿਹਨੇ ਭੈਣ ਭਰਾ ਤਬਦੀਲ ਹੋਣਾ ਚਾਹੁੰਦੇ? ਹਾਲੇਲੂਇਆ। ਜਦ ਲੋਹਾ ਅੱਗ ਵਿੱਚ ਰੱਖਿਆ ਜਾਂਦਾ ਤੇ ਉਹਨੂੰ ਜਿੱਦਾਂ ਦਾ ਮਰਜ਼ੀ ਤੁਸੀਂ ਹੋਲਡ ਕਰ ਲਓ। ਹਾਲੇਲੂਇਆ। ਕੱਚੀ ਸਬਜ਼ੀ ਅੱਗ ਤੇ ਰੱਖ ਦਿਓ ਕਿ ਉਹ ਪੱਕ ਜਾਂਦੀ। ਹਾਲੇਲੂਇਆ। ਕਾਰਨ ਕੀ ਆ, ਜਦ ਪਰਮੇ ਗਰਮਾਹਟ ਦੇ ਵਿੱਚ ਅਸੀਂ ਜਾਂਦੇ ਹਾਂ, ਪਰਮੇਸ਼ੁਰ ਦੀ ਰੌਸ ਵਿੱਚ ਜਾਂਦੇ ਹਾਂ, ਤਾਂ ਕੀ ਆ, ਤਬਦੀਲੀ ਆਉਂਦੀ ਆ। ਹਾਲੇਲੂਇਆ। ਚੇਂਜ ਆਉਂਦਾ। ਹਾਲੇਲੂਇਆ। ਬਦਲਾਓ ਆਉਂਦਾ। ਹਾਲੇਲੂਇਆ। ਅੱਜ ਕਿੰਨੇ ਲੋਕ ਬਦਲਣਾ ਚਾਹੁੰਦੇ ਸਾਡੇ ਵਿੱਚ? ਹਾਲੇਲੂਇਆ। ਕਿੰਨੇ ਲੋਕ ਚੇਂਜ ਹੋਣਾ ਚਾਹੁੰਦੇ? ਹਾਲੇਲੂਇਆ। ਬੋਲਦੀ ਕੀ ਹੈ ਕਿ ਅੱਜ ਮੈਂ ਬਦਲੀ ਹੋਣਾ। ਅਗਰ ਅਸੀਂ ਬਦਲ ਕੇ ਨਵੇਂ ਸਾਲ ਵਿੱਚ ਜਾਵਾਂਗੇ ਤਾਂ ਲੋਕ ਸਾਨੂੰ ਪੁੱਛਣਗੇ, ਯਾਰ ਤੂੰ ਬੜਾ ਬਦਲੀ ਹੋ ਗਿਆ। ਹਾਲੇਲੂਇਆ। ਤੂੰ ਬੜਾ ਚੇਂਜ ਹੋ ਗਿਆ, ਤੂੰ ਕਿਦਾਂ ਹੋ ਗਿਆ? ਹਾਲੇਲੂਇਆ। ਫਿਰ ਉੱਥੇ ਤੁਸੀਂ ਗਵਾਹੀ ਦੇਣ ਵਾਲੇ ਹੋਣਗੇ, ਅੱਜ ਮੈਨੂੰ ਰੱਬ ਨੇ ਬਦਲੀ ਕਰ ਦਿੱਤਾ। ਹਾਲੇਲੂਇਆ। ਉਹ ਕਹਿੰਦਾ ਜਿਹੜਾ ਪੁਰਾਣਾ ਬੰਦਾ ਆ ਉਹ ਮੈਨੂੰ ਨਹੀਂ ਚਾਹੀਦਾ, ਨਵੇਂ ਸਾਲ ਵਿੱਚ ਮੈਨੂੰ ਨਵਾਂ ਚਾਹੀਦਾ। ਅਸੀਂ ਕੀ ਮੰਗਦੇ ਹਾਂ, ਨਵਾਂ ਸਾਲ ਹੈ, ਸਾਨੂੰ ਨਵੇਂ ਕੱਪੜੇ ਚਾਹੀਦੇ, ਸਾਨੂੰ ਨਵਾਂ ਗਿਫਟ ਚਾਹੀਦਾ, ਸਾਨੂੰ ਨਵੀਂ ਬਾਈਕ ਚਾਹੀਦੀ ਆ। ਹਾਲੇਲੂਇਆ। ਨਵਾਂ ਫੋਨ ਚਾਹੀਦਾ। ਕਿੰਨੇ ਲੋਕ ਆਪਣੇ ਫੋਨ ਦੇ ਜਿਹੜੇ ਬਾਲ ਪਿੰਪਰਿਆ ਕਿੰਨੇ ਦਿਨ ਬਾਅਦ ਚੇਂਜ ਕਰਦੇ, ਦੋ ਦਿਨ ਬਾਅਦ ਚੇਂਜ ਕਰਦੇ, ਤਿੰਨ ਦਿਨ ਬਾਅਦ ਚੇਂਜ ਕਰਦੇ? ਕਿੰਨੇ ਲੋਕ ਆਪਣਾ ਫੋਨ ਦਾ ਬਾਲ ਪੇਪਰ ਇੱਕ ਨਹੀਂ ਰੱਖਦੇ, ਚੇਂਜ ਕਰਦੇ ਨਹੀਂ ਨਾ ਆਪਾਂ? ਹਾਲੇਲੂਇਆ। ਸਾਰਾ ਕੁਝ ਮੋਬਾਈਲ ਫੋਨ ਹੈ ਤੇ ਮੋਬਾਈਲ ਫੋਨ ਦੇ ਇੱਕ ਬਾਲ ਪੇਪਰ ਲੱਗਾ ਹੁੰਦਾ, ਆਪਾਂ ਇੱਕੋ ਹੀ ਰੱਖਦੇ ਤੇ ਚੇਂਜ ਕਰਦੇ ਰਹਿੰਦੇ। ਰਵੀਸ਼ ਬੋਲੋ, ਦੱਸੋ ਮੈਨੂੰ, ਚੇਂਜ ਕਰਦੇ ਰਹਿੰਦੇ ਨਾ? ਕਦੀ ਆਪਣੀ ਲਾਲੀ ਫੋਟੋ, ਕਦੀ ਏਕਮ ਦੀ ਲਾਲੀ ਫੋਟੋ, ਕਦੀ ਕਿਸੇ ਹੋਰ ਦੀ ਲਾਲੀ, ਕਦੀ ਸਲਮਾਨ ਖਾਨ, ਸ਼ਾਹਰੁਖ ਖਾਨ, ਕਦੀ ਉਹ ਫਰੂਟ ਵਗੈਰਾ, ਕੀ ਅਲੱਗ ਅਲੱਗ ਤਰੀਕੇ ਨਾਲ ਕੀ ਕਰਦੇ ਨੇ। ਫਿਰ ਨਾਲ ਆਪਾਂ ਦੂਸਰੇ ਨੂੰ ਦਿਖਾਉਂਦੇ, ਆਹ ਦੇਖ ਅੱਜ ਮੈਂ ਆਹ ਲਾਤਾ, ਵਟਸਐਪ ਤੇ ਬੀਬੀ ਕਿੰਨੇ ਦਾ ਕਰਦੇ ਆ। ਹਾਲੇਲੂਇਆ। ਰੋਜ਼ ਬਦਲਦੇ ਨਾ ਆਪਾਂ, ਇੱਕ ਸਿੱਖਣ ਵਾਲੀ ਗੱਲ ਆ, ਬਹੁਤ ਵੱਡੀ ਗੱਲ ਆ। ਹਾਲੇਲੂਇਆ। ਰੋਜ਼ ਬਦਲਦੇ ਆਪਾਂ। ਹਾਲੇਲੂਇਆ। ਪਰਮੇਸ਼ੁਰ ਨੇ ਵੀ ਇਨਸਾਨ ਦੇ ਸਿਸਟਮ, ਇਨਸਾਨ ਦੇ ਅੰਦਰ ਇਹੋ ਜਿਹਾ ਸਿਸਟਮ ਬਣਾਇਆ ਕਿ ਉਹ ਅੰਦਰ ਰੋਜ਼ ਚੇਂਜ ਹੁੰਦਾ। ਮੰਨ ਲਓ ਕੀ ਆ, ਅਗਰ ਇਨਸਾਨ ਦੇ ਅੰਦਰ ਜਿਹੜਾ ਰਾਤ ਦਾ ਖਾਂਦਾ ਭੋਜਨ ਜਮ੍ਹਾਂ ਰਹਿ ਜਾਵੇ ਤਾਂ ਕੀ ਹੋ ਜਾਂਦਾ, ਬਿਮਾਰ ਹੋ ਜਾਂ ਪਰਮੇਸ਼ੁਰ ਨੇ ਉਹ ਸਿਸਟਮ ਲਾਇਆ ਤੂੰ ਬਾਹਰ ਨਿਕਲ ਦਿੰਦਾ। ਡੀਪੀ ਆਪਾਂ ਰੋਜ਼ ਚੇਂਜ ਕਰਦੇ, ਬਾਲ ਪੇਪਰ ਆਪਾਂ ਰੋਜ਼ ਚੇਂਜ ਕਰਦੇ, ਕੀ ਕਹਿੰਦੇ ਆ, ਬੈੱਡ ਦੀ ਚਾਦਰ ਜਿਹੜੀ ਬੈੱਡਸ਼ੀਟ ਆ ਉਹ ਵੀ ਆਪਾਂ ਰੋਜ਼ ਚੇਂਜ ਕਰਦੇ, ਸਰਾਣੇ ਦੇ ਕਵਰ ਵੀ ਰੋਜ਼ ਦੀ ਚੇਂਜ ਕਰ ਲੈਂਦੇ, ਆਪਾਂ ਕੱਪੜੇ ਵੀ ਰੋਜ਼ ਚੇਂਜ ਕਰਦੇ, ਜੇ ਸਾਲ ਛੇ ਮਹੀਨੇ ਬਾਅਦ ਆਪਾਂ ਆਪਣੀ ਵਾਈਫ ਵੀ ਚੇਂਜ ਕਰ ਦਿੰਦੇ, ਫੋਨ ਵੀ ਚੇਂਜ ਕਰ ਦਿੰਦੇ। ਹਾਲੇਲੂਇਆ। ਕਰਦੇ ਨਾ ਚੇਂਜ, ਤਬਦੀਲ ਕਰਦੇ ਰਹਿੰਦੇ ਆਪਾਂ, ਕੀ ਕਹਿੰਦੇ ਹੁਣ ਨਵਾਂ ਆ ਗਿਆ ਤੇ ਫੋਨ ਵੀ ਅਪਡੇਟ ਕਰ ਦੀ, ਕਹਿੰਦੇ ਹੁਣ ਵਰਜਨ ਨਵਾਂ ਹੋ ਗਿਆ, ਚੇਂਜ ਹੋ ਗਿਆ। ਹਾਲੇਲੂਇਆ। ਪਰ ਸਾਡਾ ਵਰਜਨ ਕਿਦੋਂ ਚੇਂਜ ਹੋਊਗਾ? ਅਸੀਂ ਰੋਜ਼ ਆਪਣੇ ਆਪ ਨੂੰ ਕਿਉਂ ਨਹੀਂ ਚੇਂਜ ਕਰਦੇ? ਰੋਜ਼ ਆਪਣੇ ਆਪ ਨੂੰ ਡੀਪੀ ਚੇਂਜ ਕਰਨਾ, ਅਸੀਂ ਰੋਜ਼ ਚੇਂਜ ਕਰਦੇ ਹਾਂ ਮੋਬਾਈਲ ਪੇਪਰ ਚੇਂਜ ਕਰਦੇ ਹਾਂ ਕੱਪੜੇ, ਪਰ ਸਾਡੇ ਸੁਭਾਅ ਵਿੱਚ ਕਦੋਂ ਚੇਂਜ ਆਵੇ? ਹਾਲੇਲੂਇਆ। ਸਾਡੇ ਮਨ ਵਿੱਚ ਰੋਜ਼, ਅਸੀਂ ਆਪਣੇ ਆਪ ਨੂੰ ਰੋਜ਼ ਕਿਉਂ ਨਹੀਂ ਚੇਂਜ ਕਰਦੇ? ਜਦ ਅਸੀਂ ਰੋਜ਼ ਥੋੜਾ ਥੋੜਾ ਕਰਕੇ ਆਪਣੇ ਆਪ ਨੂੰ ਬਦਲਦੇ ਜਾਵਾਂਗੇ, ਬਦਲਦੇ ਜਾਵਾਂਗੇ, ਫਿਰ ਸਾਨੂੰ ਤੰਗੀ ਮਹਿਸੂਸ। ਹੁਣ ਜੇ ਸ਼ਰਾਬੀ ਨੂੰ ਕਹੋ ਇੱਕਦਮ ਹੀ ਸ਼ਰਾਬ ਛੱਡ ਦਿਓ ਨਾ, ਉਹਦੇ ਭਾਗੀਆਂ ਬਣ ਜਾਣੀਆਂ, ਵੀ ਆਹ ਕੀ ਹੋਇਆ, ਜੇ ਥੋੜੀ ਥੋੜੀ ਘਟਾ ਘੁੱਟ ਕੇ ਛੱਡ ਜਾਵੇ ਤਾਂ ਬਾਲੀ ਵਧੀਆ ਕਰ ਦੇ। ਹਾਲੇਲੂਇਆ। ਪਰ ਪਰਮੇਸ਼ੁਰ ਦੇ ਵਿੱਚ ਤੁਸੀਂ ਆਣ ਕੇ ਜਦ ਤੱਕ ਚੇਂਜ ਪਾਓਗੇ। ਹਾਲੇਲੂਇਆ। ਡੀਪੀ ਚੇਂਜ ਕਰਨ ਨੂੰ ਕੀ ਕਹਿੰਦੇ, ਨਾਲ ਜੀ ਕਿਤੇ ਨੈਟ ਸਲੋ ਹੋਵੇ ਤਾਂ ਇਧਰ ਸੁਣਿਓ, ਆਹ ਮਰ ਜਾਣਾ ਚੱਲਦਾ ਹੀ ਨਹੀਂ ਹੈਗਾ, ਬੜਾ ਸਲੋ ਆ। ਹਾਲੇਲੂਇਆ। ਕੀ ਕਹਿੰਦੇ ਆ, ਤੇ ਜੇ ਫੋਨ ਕਿਤੇ ਜ਼ਿਆਦਾ ਉਹ ਭਰਿਆ ਹੋਵੇ ਤਾਂ ਕੀ ਕਹਿੰਦੇ, ਇਹ ਮਰ ਜਾਣਾ ਹੈ, ਕਿਹੋ ਜਿਹਾ ਲੱਗਦਾ, ਇਹਨੂੰ ਬਦਲੀ ਕਰਨਾ ਪੈਣਾ। ਹਾਲੇਲੂਇਆ।
ਇਹਦਾ ਤੇ ਸਵਾਲ ਆ ਹਾਲੇਲੂਇਆ ਇਹ ਛੋਟੀਆਂ ਛੋਟੀਆਂ ਗੱਲਾਂ ਤੋਂ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਸਿੱਖ ਹਾਲੇ ਸਿੱਖ ਸਕਦੇ ਹਾਲੇਲੂਇਆ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਚੇਂਜ ਕਰਦੇ ਹਾਂ ਅਸੀਂ ਆਪਣੇ ਘਰ ਦੀ ਡੈਕੋਰੇਸ਼ਨ ਬੈੱਡ ਦੀ ਲੋਕੇਸ਼ਨ ਸੋਫੇ ਦੀ ਲੋਕੇਸ਼ਨ ਕੀ ਕਰਦੇ ਰਹਿੰਦੇ ਚੇਂਜ ਕਰਦੇ ਰਹਿੰਦੇ ਹਾਲੇਲੂਇਆ ਆਪਣੀ ਲੋਕੇਸ਼ਨ ਵੀ ਚੇਂਜ ਕਰੋ ਹਾਲੇਲੂਇਆ ਆਪ ਵੀ ਪਛਤਾਤਾਪ ਦੇ ਨਾਲ ਰੋਜ਼ ਪਛਤਾਤਾਪ ਦੇ ਨਾਲ ਪਰਮੇਸ਼ਰ ਦੇ ਅੱਗੇ ਚੀਜ਼ ਲੈ ਕੇ ਆਓ ਹਾਲੇਲੂਇਆ ਤਬਦੀਲ ਹੋ ਕੇ ਜਾਓ ਹਾਲੇਲੂਇਆ ਅਗਰ ਅਸੀਂ ਬਦਲ ਕੇ ਜਾਵਾਂਗੇ ਹਾਲੇਲੂਇਆ ਨਵੇਂ ਸਾਲ ਵਿੱਚ ਸਾਡੇ ਕੱਪੜੇ ਤਾਂ ਨਵੇਂ ਹੋਣਗੇ ਨਾਲ ਨਾਲ ਅਸੀਂ ਵੀ ਬਦਲੇ ਹੋਵਾਂਗੇ ਅਸੀਂ ਲੋਕਾਂ ਦੇ ਵਿੱਚ ਇੱਕ ਨਮੂਨਾ ਠਹਿਰ ਜਾਵਾਂ ਹਾਲੇਲੂਇਆ ਇੱਕ ਸਾਡੀ ਗੁੱਡ ਐਨਰਜੀ ਲੋਕਾਂ ਦੇ ਵਿੱਚ ਜਾਵੇਗੀ ਹਾਲੇਲੂਇਆ ਗੁੱਡ ਫੀਲਿੰਗ ਲੋਕਾਂ ਦੇ ਵਿੱਚ ਜਾਵੇਗੀ ਹਾਲੇਲੂਇਆ ਅੱਜ ਬੈਡ ਫੀਲਿੰਗ ਤਾਂ ਬੜੀ ਦੂਰ ਜ਼ਿਆਦਾ ਦੂਰ ਨਹੀਂ ਆਪਣੇ ਆਪ ਤੇ ਮਿਲ ਜਾਂਦੀ ਹਾਲੇਲੂਇਆ ਬੈਡ ਫੀਲਿੰਗ ਲੈਣੀ ਹੋਵੇ ਤਾਂ ਕੀ ਕਹਿੰਦੇ ਆ ਮੁੱਲ ਖਰੀਦਣ ਦੀ ਲੋੜ ਮੈਂ ਦੱਸਦਾ ਹੁੰਦਾ ਆਤਮਾ ਦੇ ਫਲ ਬਾਈਬਲ ਚ ਨਾ ਰਹਿਣ ਹਾਲੇਲੂਇਆ ਸਾਡੇ ਵਿੱਚ ਆਉਣੇ ਚਾਹੀਦੇ ਹਾਲੇਲੂਇਆ ਬਾਰਾਂ ਪ੍ਰਕਾਰ ਦੀਆਂ ਚੀਜ਼ਾਂ ਬੰਦੇ ਨੂੰ ਮਾਰਦੀਆਂ ਨੌ ਤਰ੍ਹਾਂ ਦੇ ਫਲ ਆ ਬੰਦੇ ਨੂੰ ਬਚਾ ਲੈਂਦੀ ਆ ਹਾਲੇਲੂਇਆ ਹੁਣ ਦੱਸੋ ਜਿਹੜੀਆਂ ਉਹ ਬਾਰਾਂ ਤਰ੍ਹਾਂ ਦੀਆਂ ਚੀਜ਼ਾਂ ਉਹ ਜ਼ਰੂਰੀ ਆ ਕਿ ਨੌ ਤਰ੍ਹਾਂ ਦੇ ਫਲ ਜ਼ਰੂਰੀ ਆ ਉਹ ਬਾਰਾਂ ਇਹ ਨੌ ਬੰਦਾ ਬਾਦਲ ਨੂੰ ਦੌੜਦਾ ਨਾ ਕੀ ਕਹਿੰਦਾ ਕਿ ਬਾਰਾਂ ਹਾਲੇਲੂਇਆ ਇਹ ਲੈ ਲਓ ਹਾਲੇਲੂਇਆ ਜਾਦੀਆਂ ਹਾਲੇਲੂਇਆ ਬੰਦਾ ਜਾਦੇ ਨੂੰ ਦੌੜਦਾ ਹਾਲੇਲੂਇਆ ਉਹ ਜਾਦੇ ਦੇ ਚੱਕਰ ਵਿੱਚ ਕੀ ਆਪਣੀ ਜਾਨ ਦਾ ਨੁਕਸਾਨ ਕਰਾ ਕੀ ਕਰਦਾ ਬਾਰਾਂ ਚੀਜ਼ਾਂ ਕਿੱਦਾਂ ਦੀਆਂ ਬੜੀਆਂ ਭੈੜੀਆਂ ਆ ਰਹੀ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਹਾਲੇਲੂਇਆ ਦਸ ਬਾਰਾਂ ਦੇ ਹੋਈਆਂ ਹਾਲੇਲੂਇਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਇਹ ਤਾਂ ਜ਼ਿਆਦਾ ਹੈ ਹਾਲੇਲੂਇਆ ਕੀ ਕਹਿੰਦਾ ਜਨਾਹ ਕਰਨ ਵਾਲੇ ਮੂਰਤੀ ਪੂਜਾ ਈਰਖਾ ਸ਼ਰਾਬ ਜਿਹੜੇ ਕਹਿੰਦੇ ਸ਼ਰਾਬ ਹਾਲੇਲੂਇਆ ਇਹ ਚੀਜ਼ਾਂ ਕੀ ਹੈ ਜ਼ਿਆਦਾ ਤੇ ਜਿਹੜੇ ਫਲ ਕਹਿੰਦੇ ਆ ਨੌ ਉਹ ਕਹਿੰਦੇ ਨਹੀਂ ਘੱਟ ਆ ਨੌ ਫਲ ਕੀ ਆ ਘੱਟ ਆ ਆਹ ਚੀਜ਼ਾਂ ਜ਼ਿਆਦਾ ਹੈ ਇਹ ਲੈ ਲਓ ਜਲਦੀ ਜਲਦੀ ਰਿਸੀਵ ਕਰ ਲਓ ਵਾਧਾ ਹੋ ਗਿਆ ਹਾਲੇਲੂਇਆ ਤੇ ਨਾਲ ਕੀ ਕਹਿੰਦੇ ਆ ਅੰਦਰ ਕੀ ਕਰ ਲਏ ਅਸੀਂ ਹਾਲੇਲੂਇਆ ਆਹ ਜ਼ਿਆਦਾ ਵਾਲਾ ਹਿੱਸਾ ਖਰੀਦਿਆ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਮਰੀਮ ਨੇ ਉਹ ਹਿੱਸਾ ਚੁਣਿਆ ਜਿਹਦੇ ਵਿੱਚ ਕੀ ਸੀ ਜੀਵਨ ਹਾਲੇਲੂਇਆ ਅੱਜ ਕੀ ਕਹਿੰਦੇ ਆ ਮੈਨੂੰ ਬੰਦਗੀ ਤੇ ਨਹੀਂ ਆਇਆ ਰਹਿਣਾ ਮੈਨੂੰ ਬੜਾ ਕੰਮ ਆ ਹਾਲੇਲੂਇਆ ਮਾਰਥਾ ਨੇ ਉਹ ਚੁਣਿਆ ਉਹ ਰਸੋਈ ਵਿੱਚ ਕੀ ਕਰਦੀ ਸੀ ਕੰਮ ਕਰਦੀ ਸੀ ਤੇ ਮਰੀਮ ਨੇ ਉਹ ਚੁਣਿਆ ਜਿਹਦੇ ਵਿੱਚ ਜੀਵਨ ਸੀਗਾ ਵਚਨ ਦੇ ਵਿੱਚ ਕੀ ਆ ਜੀਵਨ ਹਾਲੇਲੂਇਆ ਉਹਨੂੰ ਥੋੜੇ ਵਾਲਾ ਹਿੱਸਾ ਪਸੰਦ ਉਹ ਕੀ ਕਹਿੰਦੀ ਮੈਂ ਸੇਵਾ ਕਰੂੰਗੀ ਤਾਂ ਕੀ ਆ ਬਰਕਤ ਪਾਓ ਸੇਵਾ ਕਰਨੀ ਵੀ ਜ਼ਰੂਰੀ ਆ ਪਰ ਸਮੇਂ ਰਹਿੰਦਿਆਂ ਸਾਡੀ ਆਤਮਿਕ ਖੁਰਾਕ ਵੀ ਬਹੁਤ ਜ਼ਰੂਰੀ ਆ ਅਸੀਂ ਜ਼ਿਆਦਾ ਵਾਲੇ ਹਿੱਸੇ ਨੂੰ ਦੌੜਦੇ ਆ ਉਹ ਫਲ ਕੀ ਆ ਨੌ ਆ ਇਹ ਬਾਰਾਂ ਤੇਰਾਂ ਚੌਦਾਂ ਚੀਜ਼ਾਂ ਬਣ ਜਾਂਦੀਆਂ ਇਹ ਬਾਰਾਂ ਤੇਰਾਂ ਜਿਹੜਾ ਜ਼ਿਆਦਾ ਵਾਲਾ ਆ ਉਹ ਨਾਸ਼ ਬਣ ਲੈ ਜਾਂਦਾ ਹਾਲੇਲੂਇਆ ਆਈਏ ਬਦਲਾਓ ਦੇ ਬਾਰੇ ਸਿੱਖਦੇ ਹਾਲੇਲੂਇਆ ਇੱਕ ਜੱਕੀ ਨਾਂ ਦਾ ਵਿਅਕਤੀ ਹਾਲੇਲੂਇਆ ਉਹਦੇ ਜੀਵਨ ਚ ਕਿੰਨਾ ਤਬਦੀਲੀ ਹੈ ਲੋਕਾਂ ਦੀ ਅੰਜੀਲ ਉਹਦੀ 19 ਬਾਪ ਉਹਦੀ 1 ਤੋਂ ਪੜਾਂਗੇ ਤੇ ਕਈਆਂ ਭੈਣ ਭਰਾਵਾਂ ਨੇ ਮੈਸੇਜ ਵੀ ਸੁਣਿਆ ਹੋਇਆ ਹਾਲੇਲੂਇਆ ਇਹ ਦੁਬਾਰਾ ਅੱਜ ਰਿਪੀਟ ਆ ਰਿਪੀਟ ਮੈਸੇਜ ਆ ਹਾਲੇਲੂਇਆ ਪਰ ਇਹਦੇ ਵਿੱਚ ਕੁਝ ਨਵਾਂ ਮਕਾਸ਼ਵਾ ਹੋਵੇਗਾ ਪਰਮੇਸ਼ਰ ਦਾ ਰੂਹ ਨਵੇਂ ਤਰੀਕੇ ਨਾਲ ਦੱਸੇਗਾ ਨਵਾਂ ਨੇਮ ਲੂਕਾ ਦੀ ਅੰਜੀਲ ਹਾਲੇਲੂਇਆ ਔਰ ਇੱਕ ਇੱਕ ਸ਼ਬਦ ਟਕਾ ਕੇ ਪੜਨਾ ਹਾਲੇਲੂਇਆ ਹਾਂਜੀ ਉਹ ਜਰੀਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ ਔਰ ਵੇਖੋ ਜੱਕੀ ਨਾਂ ਦਾ ਇੱਕ ਪੁਰਖ ਜਿਹੜਾ ਮਸੂਲੀਆਂ ਦਾ ਸਰਦਾਰ ਅਤੇ ਧੰਨਵਾਦ ਸੀ ਅਤੇ ਉਸਨੇ ਯਿਸੂ ਮਸੀਹ ਨੂੰ ਵੇਖਣ ਦਾ ਜਤਨ ਕੀਤਾ ਕੀ ਸੀ ਉਹ ਮਸੂਲੀਏ ਨੂੰ ਲੋਕ ਚੰਗਾ ਸਮਝਦੇ ਸੀ ਲੋਕਾਂ ਦੇ ਅੱਜ ਵੀ ਆਪਾਂ ਪਿਛਲੇ ਦਿਨਾਂ ਚ ਮਸੂਲ ਆਪਣੇ ਵੀ ਮਸੂਲ ਕਰਨ ਵਾਲੀਆਂ ਚੁੱਕੀਆਂ ਸੀਗੀਆਂ ਹੁਣ ਕੀ ਆ ਗਵਰਨਮੈਂਟ ਨੇ ਟੈਕਸ ਵਧਾ ਦਿੱਤਾ ਮਸੂਲ ਵਧਾ ਦਿੱਤਾ ਕੀ ਆ ਵੀ ਬਿਜ਼ਨਸਮੈਨ ਨੂੰ ਪ੍ਰੋਬਲਮ ਆ ਗਈ ਹੈ ਤੇ ਮਸੂਲੀਏ ਕੀ ਕਰਦੇ ਸੀਗੇ ਗਲਤ ਢੰਗ ਦੇ ਨਾਲ ਕੀ ਆ ਪੈਸੇ ਲੈਂਦੇ ਸੀਗੇ ਹਾਲੇਲੂਇਆ 2 ਰੁਪਏ ਮਸੂਲ ਬਣਦਾ ਸੀ ਤੇ 3 ਰੁਪਏ ਲੈਂਦੇ 3 ਰੁਪਏ ਬਣਦਾ ਸੀ ਜਾਂ ਪਰ ਕੀ ਇਹ ਉਹਨਾਂ ਦਾ ਸਰਦਾਰ ਸੀ ਤੇ ਇਹ ਵੀ ਯਿਸੂ ਮਸੀਹ ਨੂੰ ਦੇਖਣਾ ਚਾਹਿਆ ਕਿਹਨੂੰ ਦੇਖਣਾ ਚਾਹਿਆ
ਹਲੇਲੂਯਾ ਹਲੇਲੂਯਾ ਕਿਹਨੂੰ ਦੇਖਣਾ ਚਾਹਿਆ ਯਿਸੂ ਅੱਜ ਵੀ ਲੋਕ ਯਿਸੂ ਨੂੰ ਦੇਖਣਾ ਚਾਹੁੰਦੇ ਹਲੇਲੂਯਾ ਅੱਜ ਕਿੰਨੇ ਲੋਕ ਆਪਣੇ ਘਰਾਂ ਚ ਪ੍ਰਭੂ ਯਿਸੂ ਮਸੀਹ ਨੂੰ ਲੈ ਕੇ ਜਾਣਾ ਚਾਹੁੰਦੇ ਹਲੇਲੂਯਾ ਬਰਕਤ ਨੂੰ ਛੱਡੋ ਯਿਸੂ ਨੂੰ ਲੈ ਲਓ ਜਿੱਥੇ ਯਿਸੂ ਉੱਥੇ ਨੋਰਮਲੀ ਬਰਕਤ ਹੈ ਹਲੇਲੂਯਾ ਅੱਗੇ ਪੜੋ ਉਸਨੇ ਯਿਸੂ ਮਸੀਹ ਨੂੰ ਵੇਖਣ ਦਾ ਯਤਨ ਕੀਤਾ ਉਹ ਕੌਣ ਹੈ ਪਰ ਭੀੜ ਦੇ ਕਾਰਨ ਦੇਖ ਨਾ ਸਕਿਆ ਕਿਉਂਕਿ ਉਹ ਕੱਦ ਦਾ ਮਦਰਾ ਹੈ ਸੀ ਹਾਲੇਲੂਯਾ ਹਾਲੇਲੂਯਾ ਕੀ ਆ ਭੀੜ ਬੜੀ ਆ ਅੱਜ ਯਿਸੂ ਮਸੀਹ ਦੇ ਕੋਲ ਟਾਈਮ ਨਹੀਂ ਹਾਲੇਲੂਯਾ ਬੜੇ ਲੋਕ ਦੁਆਵਾਂ ਕਰਦੇ ਆ ਪਰ ਇਹਨਾਂ ਦੀਆਂ ਦੁਆਵਾਂ ਰਿਸੀਵ ਕਰਦਾ ਜਿਹੜੇ ਵਿਸ਼ਵਾਸ ਦੇ ਨਾਲ ਇਮਾਨ ਨਾਲ ਅਧੀਨਗੀ ਚ ਹੋ ਕੇ ਅੱਛਾ ਪ੍ਰਭੂ ਜਿੱਦਾਂ ਤੂੰ ਕਹੇਗਾ ਓਦਾਂ ਹੀ ਮੈਂ ਕਰਾਂਗਾ ਉਹ ਉਹਨਾਂ ਦੀਆਂ ਦੁਆਵਾਂ ਜਿਹੜੇ ਚਮਤਕਾਰ ਵਾਲੇ ਸਾਈਨ ਲੈਣ ਵਾਲੇ ਦੇਖਣ ਵਾਲੇ ਉਹਨਾਂ ਦੀਆਂ ਦੁਆਵਾਂ ਉਹ ਰਿਸੀਵ ਨਹੀਂ ਕਰਦਾ ਭੀੜ ਬੜੀ ਆ ਜੱਗੀ ਕਹਿੰਦਾ ਸ਼ਾਇਦ ਦੇਖ ਹੀ ਨਹੀਂ ਯਿਸੂ ਜੀ ਉਹ ਦੇਖ ਹੀ ਨਹੀਂ ਸਕਿਆ ਅੱਜ ਮੇਰੇ ਪੈਰਾਂ ਤੇ ਭਰਾਓ ਲਾਈਨ ਬੜੀ ਲੰਬੀ ਲੱਗੀ ਹੋਈ ਆ ਸਮੇਂ ਰਹਿੰਦੇ ਆਪਣੀ ਸੀਟ ਨੂੰ ਪੱਕਿਆ ਕਰ ਲਓ ਹਲੇਲੂਯਾ ਨਹੀਂ ਤਾਂ ਮੇਰੇ ਪੈਰਾਂ ਤੇ ਭਰਾਓ ਖਿੜਕੀ ਬੰਦ ਹੋ ਜਾਏਗੀ ਦੁਆਰ ਬੰਦ ਹੋ ਜਾਏਗਾ ਫਿਰ ਕਹਿੰਦਾ ਨਾ ਅੰਦਰੋਂ ਕੋਈ ਬਾਹਰ ਆਵੇਗਾ ਤੇ ਨਾ ਬਾਹਰੋਂ ਕੋਈ ਅੰਦਰ ਜਾਵੇਗਾ ਉੱਥੇ ਜੱਗੀ ਬੜੀ ਕੋਸ਼ਿਸ਼ ਕਰ ਰਿਹਾ ਸਰਦਾਰ ਇੱਕ ਅਹੁਦੇਦਾਰ ਵਿਅਕਤੀ ਜਿਹਦਾ ਰੁਤਬਾ ਨਾ ਹੋਵੇ ਕਿੱਦਾਂ ਦੀ ਗੱਲ ਹੈ ਇੱਕ ਸਰਦਾਰ ਇੱਕ ਸ਼ਹਿਰ ਦਾ ਮੰਨ ਲਓ ਐਮਸੀ ਹੋਵੇ ਉਹਦਾ ਵੀ ਐਸਐਚਓ ਜਿੰਨਾ ਰੋਲ ਹੁੰਦਾ ਹਾਲੇਲੂਯਾ ਉਹ ਵੀ ਦਬਦਾ ਮਾਰ ਕੇ ਕਹਿੰਦਾ ਤੁਹਾਡਾ ਪਾਣੀ ਬੰਦ ਕਰਾ ਦਾਂਗੇ ਹਾਲੇਲੂਯਾ ਇਹ ਤਾਂ ਫਿਰ ਸਰਦਾਰ ਆ ਉਹਦੀਆਂ ਜਿੰਨੀਆਂ ਉਸ ਸ਼ਹਿਰ ਦੀਆਂ ਚੁੰਗੀਆਂ ਹੋਣਗੀਆਂ ਉਹ ਇਹਦੇ ਅੰਡਰ ਇਹ ਕਹਿ ਵੀ ਸਕਦਾ ਸੀ ਕਿ ਮੈਂ ਯਿਸੂ ਨੂੰ ਸਿੱਧਾ ਮਿਲਣਾ ਪਰ ਭੀੜ ਦੇ ਕਾਰਨ ਇਹ ਯਿਸੂ ਨੂੰ ਦੇਖ ਨਾ ਸਕਿਆ ਇਹ ਕੱਦ ਮਦਰ ਹਾਲੇਲੂਯਾ ਹੁਣ ਦੇਖੋ ਅੱਗੇ ਜਾ ਕੇ ਕੀ ਹੁੰਦਾ ਅੱਜ ਅਸੀਂ ਬੜੇ ਰੁਤਬੇ ਦੀ ਗੱਲ ਕਰਦੇ ਬੜੇ ਅਹੁਦੇ ਦੀ ਬੜੇ ਪੈਸੇ ਦੀ ਗੱਲ ਕਰਦੇ ਇੱਥੇ ਦਾ ਪੈਸਾ ਕਿਸੇ ਕੰਮ ਦਾ ਨਹੀਂ ਰਿਹਾ ਇਹਦਾ ਅਹੁਦਾ ਕਿਸੇ ਕੰਮ ਦਾ ਨਹੀਂ ਰਿਹਾ ਅੱਗੇ ਜਾ ਕੇ ਪੜੀਏ ਸੋ ਅੱਗੇ ਦੌੜ ਕੇ ਗੁੱਲਰ ਦੇ ਬ੍ਰਿਕਸ਼ ਉੱਤੇ ਚੜ ਗਏ ਕੀ ਹੋ ਗਿਆ ਉਹ ਆਪਣੇ ਅਹੁਦੇ ਦੀ ਗੱਲ ਨਹੀਂ ਕੀਤੀ ਆਪਣੇ ਪੈਸੇ ਦੀ ਗੱਲ ਨਹੀਂ ਕੀਤੀ ਉਹ ਜਾਣ ਗਿਆ ਸੀ ਕਿ ਮੈਂ ਕਿਹਨੂੰ ਦੇਖਣਾ ਅੱਜ ਯਿਸੂ ਨੂੰ ਦੇਖਣਾ ਹਾਲੇਲੂਯਾ ਮੈਂ ਅੱਜ ਪਰਮੇਸ਼ਰ ਨੂੰ ਦੇਖਣਾ ਪਰਮੇਸ਼ਰ ਦੇ ਜਨ ਨੂੰ ਦੇਖਣਾ ਦੌੜ ਕੇ ਅੱਗੋਂ ਹੀ ਗੁੱਲਰ ਦੇ ਦਰਖਤ ਉੱਤੇ ਚੜ ਗਿਆ ਕਿ ਇੱਥੋਂ ਦੀ ਯਿਸੂ ਮਸੀਹ ਨੇ ਲੱਭਣਾ ਹਾਲੇਲੂਯਾ ਅੱਜ ਅਸੀਂ ਰੱਬ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਕੀ ਆ ਅਸੀਂ ਛੇਤੀ ਤੱਕ ਜਾਂਦੇ ਹਾਂ ਠੀਕ ਹੈ ਸਾਨੂੰ ਤਾਂ ਨਜ਼ਰ ਨਹੀਂ ਆਇਆ ਨਜ਼ਰ ਕਿੱਦਾਂ ਆਵੇ ਭੀੜ ਬੜੀ ਆ ਭੀੜ ਚੋਂ ਕਿਹੜਾ ਨਜ਼ਰ ਆਉਂਦਾ ਕਹਿੰਦਾ ਇਹ ਵਿਅਕਤੀ ਪਿੱਛੇ ਬਹਿੰਦਾ ਹੁੰਦਾ ਸੀ ਅੱਜ ਅੱਗੇ ਕਿੱਦਾਂ ਕਰਨਾ ਗਿਆ ਅੱਗੇ ਉਹ ਆਪਣੀ ਅਧੀਨਗੀ ਦੇ ਨਾਲ ਗਿਆ ਹਾਲੇਲੂਯਾ ਬਹੁਤ ਸਾਰੇ ਸੇਵਕਾਂ ਨੂੰ ਜਾਣਦਾ ਹਾਲੇਲੂਯਾ ਜਿਹੜੇ ਕਦੀ ਪਿੱਛੇ ਹੁੰਦੇ ਸੀ ਅਸੀਂ ਵੀ ਪਿੱਛੇ ਬੈਠਦੇ ਹੁੰਦੇ ਸੀ ਮੈਂ ਉਹ ਵਿਅਕਤੀ ਆ ਜਿਹੜਾ ਫਿਲਮੀ ਗੀਤ ਗਾ ਕੇ ਆਉਂਦਾ ਸੀ ਚਰਚ ਵਿੱਚ ਕਹਿੰਦਾ ਪਾਦਰੀ ਨੂੰ ਮੂੰਹ ਹੀ ਹਿਲਦਾ ਨਜ਼ਰ ਆਉਣਾ ਚਾਹੀਦਾ ਪਰ ਰੱਬ ਦੇ ਪਿੱਛੋਂ ਚੁਣਿਆ ਹਾਲੇਲੂਯਾ ਹਾਲੇਲੂਯਾ ਜਿੰਨ ਵਾਰੀ ਦੌੜੇ ਹਾਲੇਲੂਯਾ ਨਹੀਂ ਕਰਨੇ ਨਹੀਂ ਕਰਨਾ ਪ੍ਰਭੂ ਤੇਰਾ ਪਰਚੋਂ ਰੱਬ ਕਹਿੰਦਾ ਆ ਜਾ ਤੂੰ ਹੀ ਚਾਹੀਦਾ ਹਾਲੇਲੂਯਾ ਹਾਲੇਲੂਯਾ ਆਪਣੇ ਆਪ ਨੂੰ ਦਿੱਤਾ ਪਰਮੇਸ਼ਰ ਨੇ ਲਿਆ ਆਪਣੇ ਔਰ ਆਪਣੀ ਮਹਿਮਾ ਦੇ ਲਈ ਇਸਤੇਮਾਲ ਵੀ ਕਰਦਾ ਹਾਲੇਲੂਯਾ ਇਸ ਲਈ ਮੇਰੇ ਭੈਣ ਦੇ ਭਰਾਓ ਉਹ ਗੁਲਰ ਦੇ ਦਰਖਤ ਉੱਤੇ ਚੜ ਗਿਆ ਅੱਗੇ ਪੜੀਏ ਛੇਤੀ ਨਾਲ ਉਤਰਾ ਕਿਉਂ ਜੋ ਅੱਜ ਮੈਂ ਤੇਰੇ ਹੀ ਘਰ ਰਹਿਣਾ
हालेलुया 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 बोलिए कलीसिया हालेलुया हालेलुया की कीता हूं उन कमांड मान छड़ दिता वधेरे जानकारी ली और चर्च आने ली साडा पता है अबनेजर चर्च नेड़े तियां वाला चौक पत्ती नीलोवाल पिंड बिलगा जिला जलंधर 1440 36। परमेश्वर दे दास पास्टर पवन कुमार जी तो प्रार्थना करवाउन ली तुसी इना नंबरां ते संपर्क कर सकते हो 085-284-58-909 084-27-1592-76। चर्च दियां बंदगियां नू लाइव देखन ली तुसी साडा फेसबुक पेज अबनेजर चर्च बिलगा और यूट्यूब चैनल अबनेजर चर्च बिलगा नू सब्सक्राइब भी कर सकते हो और परमेश्वर दे दास पास्टर पवन कुमार जी तो परमेश्वर दे वचना नू सुन के अपनी जिंदगी नू बदल सकते हो। धन्यवाद।